ਰਣਜੀਤ ਸਿੰਘ ਪਿੰਡ ਵਿਸ਼ੇਸ਼ ਪਿੰਡ ਸਾਹਿਬ ਚੰਨੀ ਸਾਹਿਬ ਨੇ ਬੜਾ ਮਨ ਭਾਗਾ ਬਿਆਨ ਦਿੱਤਾ ਹੈਗਾ ਵੀ ਜਿਹੜੇ ਸੈਨਿਕ ਅਤੇ ਇੱਕ ਰਿਟੀ ਟਾਈ ਜਿਹੜੀ ਸਾਜਿਸ਼ ਸੀ। ਦੇਖੋ ਦੇਖੋ ਚੰਨੀ ਜੀ ਇੱਕ ਆਪ ਚੀਫ ਮਿਨਿਸਟਰ ਰਹੇ ਆ, ਅੱਜ ਮੈਂ ਤਾਂ ਆਪ ਇੱਕ ਸ਼ਹੀਦ ਪਰਿਵਾਰ ਦਾ, ਮੈਨੂੰ ਪਤਾ ਜਦੋਂ ਮੇਰੇ ਦਾਦਾ ਜੀ ਸਰਦਾਰ ਬੇਅੰਤ ਸਿੰਘ ਜੀ ਬੰਬ ਨਾਲ ਜਦੋਂ ਬਲਾਸਟ ਹੋਇਆ ਉਹ ਕਿਸ ਤਰੀਕੇ ਨਾਲ ਸ਼ਹੀਦ ਹੋਏ, ਮੈਂ ਇੱਕ ਸ਼ਹੀਦ ਪਰਿਵਾਰ ਦਾ, ਮੈਨੂੰ ਅੱਜ ਦੁੱਖ ਆ ਵੀ ਸਾਡੇ ਫੌਜੀ ਅਤੇ ਪੈਰਾਮਿਲਟਰੀ ਫੋਰਸਿਸ ਦਾ ਇਹ ਮਜ਼ਾਕ ਉਡਾਇਆ ਗਿਆ। ਜੇ ਉਹਨਾਂ ਦਾ ਭਰਾ, ਉਹਨਾਂ ਦਾ ਕੋਈ ਰਿਸ਼ਤੇਦਾਰ, ਉਹਨਾਂ ਦਾ ਕਿਸੇ ਰਿਸ਼ਤੇਦਾਰ ਦਾ ਬੱਚਾ ਉਸ ਬੱਸ 'ਚ ਹੁੰਦਾ ਅਤੇ ਉਹ ਸ਼ਹੀਦ ਹੋਇਆ ਹੁੰਦਾ ਅਤੇ ਉਹ ਇਹ ਗੱਲ ਕਹਿੰਦੇ? ਅੱਜ ਜਿੰਨੇ ਵੀ ਉਹ ਸ਼ਹੀਦ ਸੀ ਸੈਨਿਕ ਸਾਡੇ ਪੈਰਾਮਿਲਟਰੀ ਫੋਰਸਿਸ ਦੇ, ਅੱਜ ਉਹਨਾਂ ਦੇ ਘਰਾਂ 'ਤੇ ਕੀ ਬੀਤਰੀ ਹੋ ਗਈ ਇਹ ਬਿਆਨ ਨਾਲ? ਇਹ ਅੱਜ ਪਹਿਲਾਂ ਵੀ ਇਹ ਬਿਆਨ ਦਿੱਤਾ ਸੀ ਕਾਂਗਰਸ ਪਾਰਟੀ ਨੇ ਅਤੇ ਉਹ 2019 'ਚ ਸਫਾਇਆ ਹੋ ਗਿਆ ਸੀ, ਅਤੇ ਅੱਜ ਉਹ ਚੰਨੀ ਜੀ ਨੇ ਜਿਹੜਾ ਬਿਆਨ ਦਿੱਤਾ, ਚੰਨੀ ਜੀ ਜੇ ਆਪ ਉਸ ਬੱਸ 'ਚ ਹੁੰਦੇ ਜਾਂ ਉਹਨਾਂ ਦਾ ਭਾਈ ਬੱਸ 'ਚ ਹੁੰਦਾ ਜਾਂ ਕੋਈ ਹੋਰ ਬੱਸ 'ਚ ਹੁੰਦਾ ਅਤੇ ਜੇ ਉਹਨਾਂ ਦੇ ਨਾਲ ਗੋਲੀਆਂ ਵੱਜ ਕੇ ਉਹਨਾਂ ਦੇ ਸਰੀਰ ਦੇ ਟੁਕੜੇ ਟੁਕੜੇ ਹੋਏ ਹੁੰਦੇ, ਕੀ ਉਦੋਂ ਵੀ ਇਹ ਗੱਲ ਕਹਿੰਦੇ? ਅੱਜ ਸਾਰੇ ਸ਼ਹੀਦ ਨੇ ਜਿੰਨੇ, ਚਾਹੇ ਉਹ ਕਿਸੇ ਵੀ ਸਟੇਟ ਦੇ ਹੋਣ, ਉਹ ਅੱਜ ਬਹੁਤ ਦੁਖੀ ਨੇ, ਆਹਤ ਨੇ, ਅਤੇ ਚੰਨੀ ਜੀ ਦੀ ਗੱਲ ਇੰਨੀ ਮਹਿੰਗੀ ਪਊਗੀ ਕਾਂਗਰਸ ਪਾਰਟੀ ਨੂੰ ਕਿ ਸਾਡੇ ਸੈਨਿਕ, ਸਾਡੇ ਪੈਰਾਮਿਲਟਰੀ ਫੋਰਸਿਸ ਦੇ ਲੋਕ, ਸਾਡੇ ਪੁਲਿਸ ਦੇ ਲੋਕ, ਸਾਡੇ ਡਿਫੈਂਸ ਦੇ ਫੋਰਸ ਲੋਕ, ਉਹਨਾਂ ਦੇ ਪਰਿਵਾਰ ਅਤੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਚੰਨੀ ਜੀ ਨੂੰ ਸਬਕ ਸਿਖਾਉਣਗੇ। ਜਾਖੜ ਸਾਹਿਬ ਅੱਜ ਉਹ ਅੱਜ ਸੀ ਸਿੱਬਲ ਨੂੰ ਸ਼ਿਕਾਇਤ ਦਿੱਤੀ ਹੈ ਵੀ ਆਮ ਆਦਮੀ ਪਾਰਟੀ ਸਾਨੂੰ ਇਹ ਪ੍ਰਚਾਰ ਵਿੱਚ ਅਰੋੜਾ ਲਗਾ ਰਿਹਾ, ਚਾਹੇ ਉਹ ਪਟਿਆਲੇ ਦਾ ਕੇਸ ਸੀਗਾ ਜਿੱਦਾਂ ਸੀ ਕਿਸਾਨ ਮਰਿਆ ਅਤੇ ਅੜਚਣ ਪੈ ਰਹੀ, ਅੱਜ ਸੀ ਸਿੱਬਲ ਨੂੰ ਸ਼ਿਕਾਇਤ ਦਿੱਤੀ ਗਈ। ਨਹੀਂ ਨਹੀਂ ਇਹ ਤਾਂ ਸਾਫ਼ ਹੀ ਆ, ਇਹ ਤਾਂ ਸਾਰਾ ਕੁਝ ਮੈਨੇਜਡ ਬਾਏ ਆਮ ਆਦਮੀ ਪਾਰਟੀ ਆ, ਇਹ ਤਾਂ ਸਿੱਧੀਆਂ ਉਹਨਾਂ ਨੂੰ ਭੇਜ ਕੇ ਫੋਟੋਆਂ ਖਿੱਚੀਆਂ ਜਾਂਦੀਆਂ, ਪੁਲਿਸ ਸਾਰਾ ਕੁਝ ਮੈਨੇਜ ਕਰਦੀ ਆ ਅਤੇ ਪੁਲਿਸ ਸਾਰਾ ਰੂਟ ਪਲਾਨ ਕਰਦੀ ਆ, ਪੁਲਿਸ ਨਹੀਂ ਆਪ ਧੱਕੇ ਮਾਰ ਕੇ ਉਹਨਾਂ ਨੂੰ ਫਿਰ ਪਹਿਲਾਂ ਬੁਲਾਇਆ, ਪੁਲਿਸ ਨਹੀਂ ਧੱਕੇ ਮਾਰ ਕੇ ਉਹਨਾਂ ਦੀ ਡੈਥ ਹੋਈ ਆ, ਅਤੇ ਇਸ ਕਰਕੇ ਇਹ 'ਚ ਕੋਈ ਭੁਲੇਖਾ ਹੀ ਨਹੀਂ ਗਾ। ਸੋ ਇਹ ਸਨ ਬੀਜੇਪੀ ਦੇ ਲੋਕਾਂ ਤੋਂ ਉਮੀਦਵਾਰ ਰਮਨੀਤ ਸਿੰਘ ਬਿੱਟੂ ਦਾ ਦੱਸਦੇ ਆ। ਵਿਸ਼ੇਸ਼ ਤੌਰ 'ਤੇ ਆ ਜਿਹੜਾ ਚੰਡੀਗੜ੍ਹ ਰੋਡ 'ਤੇ ਆਪਣੀ ਇੱਕ ਚੁਣਾਵੀ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਨ ਵਾਸਤੇ ਆਇਆ ਸੀ ਅਤੇ ਸਾਬਕਾ ਚੀਫ ਮਿਨਿਸਟਰ ਚਰਨਜੀਤ ਚੰਨੀ ਦੇ ਜਿਹੜੇ ਫੌਜੀਆਂ ਦੇ ਉੱਪਰ ਪੁਲਵਾਮਾ ਵਾਲੇ ਅਟੈਕ ਨੂੰ ਜਿਹੜਾ ਉਹਨਾਂ ਨੇ ਇੱਕ ਬੀਜੇਪੀ ਦੀ ਇੱਕ ਸਾਜਿਸ਼ ਦੱਸਿਆ ਵੀ ਇੱਕ ਸਾਜਿਸ਼ ਹੈਗੀ, ਅਤੇ ਬਿਲਕੁਲ ਅੱਜ ਰਮਨੀਤ ਸਿੰਘ ਬਿੱਟੂ ਨੇ ਇਸਦਾ ਕਟਾਕਸ਼ ਲੈਂਦੇ ਹੋਏ ਟਿੱਪਣੀ ਕਰਕੇ ਕਿਹਾ ਵੀ ਜਿਹੜਾ ਚਰਨਜੀਤ ਸਿੰਘ ਜਿਹੜਾ ਚੰਨੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਸਾਬਕਾ ਜਿਹੜੇ ਫੌਜੀਆਂ ਦੇ ਉੱਪਰ ਜਿਹੜਾ ਅਟੈਕ ਹੋਇਆ ਸੀ ਪੁਲਵਾਮਾ ਦੇ ਵਿੱਚ, ਇਹ ਆਉਣ ਵਾਲੇ ਸਮੇਂ ਦੇ ਵਿੱਚ ਚਰਨਜੀਤ ਚੰਨੀ ਨੂੰ ਇਸਦਾ ਜਵਾਬ ਵੀ ਦੇਣ ਵਾਲਾ ਖਾਮਿਆਂ ਜਾਂ ਵੀ ਭੁਗਤਣਾ ਪਏਗਾ। ਕੈਮਰਾਮੈਨ ਬੌਬੀ ਨਾਲ ਸੰਦੀਪ ਸ਼ਰਮਾ, ਡੈਨੀਸ਼ਾ ਟੀਵੀ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।